ਕੱਲ ਜੀ ਸਾਰਿਆਂ ਨੂੰ ਹੋਪਸੋ ਸਾਰੇ ਠੀਕ ਹੋਣਗੇ ਅਤੇ ਅਸੀਂ ਵੀ ਸਾਰੇ ਵਧੀਆ। ਅੱਜ ਦਾ ਵਲੋਗ ਮੈਂ ਸ਼ੁਰੂ ਕਰਨ ਲੱਗੀ ਹੈਗੀ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਤੋਂ। 12 ਵਜਣ ਵਾਲੇ ਹੈਗੇ ਨੇ, ਦੁਪਹਿਰੇ ਗੁਰਦੁਆਰਾ ਸਾਹਿਬ ਆਈ ਹੈਗੀ। ਇਹਦਾ ਜਿਹੜਾ ਟੂਰ ਹੈ ਸਾਰਾ ਉਹ ਤੁਹਾਨੂੰ ਦਿੱਤਾ ਹੀ ਹੋਇਆਗਾ ਸਟਾਰਟਿੰਗ ਵਾਲੇ ਵਲੋਗਸ ਦੇ ਵਿੱਚ, ਦੇਖ ਸਕਦੇ ਹੋ ਜਿਨ੍ਹਾਂ ਨੇ ਨਹੀਂ ਦੇਖਿਆ ਕਦੇ। ਅੱਜ ਅਚਾਨਕ ਇਸ ਵੇਲੇ ਇੱਥੇ ਮੇਰਾ ਆਉਣ ਦਾ ਰੀਜ਼ਨ ਇਹ ਸੀਗਾ, ਮੈਂ ਨਾ ਕਾਫੀ ਦਿਨ ਪਹਿਲਾਂ ਇਹ ਛੋਟੀ ਜਿਹੀ ਸੁੱਖ ਪੂਰੀ ਹੋਈ ਸੀਗੀ, ਇੱਥੇ ਸੁੱਖੀ ਸੀਗੀ ਮੈਂ, ਅਤੇ ਮੈਂ ਆਉਣਾ ਸੀਗਾ ਇੱਥੇ ਮੱਥਾ ਟੇਕਣ। ਬਸ ਕਿੰਨੇ ਦਿਨਾਂ ਤੋਂ ਐਂ ਡਿਲੇਅ ਜਿਹਾ ਹੁੰਦਾ ਜਾ ਰਿਹਾ ਸੀਗਾ। ਅੱਜ ਅਸੀਂ ਤਿਆਰ ਤਾਂ ਹੋਏ ਸੀਗੇ, ਅਸੀਂ ਮੁਕਤਸਰ ਸਾਹਿਬ ਜਾਣਾ, ਫਿਰ ਮੈਨੂੰ ਮਾੜਾ ਬਾਜ਼ਾਰ ਵੀ ਕੰਮ ਸੀਗਾ ਅਤੇ ਉੱਥੇ ਥੋੜ੍ਹਾ ਰੁਕ ਕੇ ਜਾਵਾਂਗੇ ਕਿਉਂਕਿ ਦਿਨੇ ਨਾ ਧੁੱਪ ਬਾਹਲੀ ਹੋ ਜਾਂਦੀ ਆ। ਮੈਂ ਚੱਲ ਮੈਂ ਬਾਜ਼ਾਰ ਜਾ ਆਉਂਦੀ ਹਾਂ, ਨਾਲੇ ਮੈਂ ਇੱਥੇ ਕੰਮ ਕਰ ਆਉਂਦੀ ਹਾਂ। ਸੰਗਤ ਆਈ ਹੋਈ ਹੈਗੀ ਇੱਥੇ, ਲੰਗਰ ਚੱਲ ਰਿਹਾ। ਪੀ ਲਈਏ ਪਹਿਲਾਂ ਪਾਣੀ, ਕਿਵੇਂ ਭਰ ਕੇ ਰੱਖਿਆ ਹੁੰਦਾ ਪਾਣੀ, ਬਿਰਿਆਨੀ ਬਹੁਤ ਪਿਆਸੀ ਹੁੰਦੀ ਪਈ ਆ। ਹੁਣ ਆਪਾਂ ਚੱਲਦੇ ਹਾਂ ਮੱਥਾ ਟੇਕਣ। ਸੋਹਣਾ ਸੀਗਾ ਜਾਂਦੇ ਹੋਏ। ਬਸ ਮੈਂ ਦੋ ਹੀ ਕੰਮ ਸੀ, ਮੈਂ ਕੋਈ ਸ਼ੋਪਿੰਗ ਨਹੀਂ ਸੀ ਕਰਨੀ ਦੱਸੀ, ਮੈਂ ਗੁਰਦੁਆਰਾ ਸਾਹਿਬ ਆਈ ਸੀਗੀ ਅਤੇ ਦੋ ਕੰਮ ਸੀਗੇ। ਇੱਕ ਤਾਂ ਮੇਰੀ ਚੇਨ ਦਾ ਲੋਕ ਟੁੱਟ ਗਿਆ ਸੀਗਾ, ਉਹ ਫੜਾ ਕੇ ਜਾਊਂਗੀ ਹੈ ਨਾ, ਅਤੇ ਇੱਕ ਬਸ ਇੱਥੇ ਮੈਂ ਲੋਅਰ ਦਿੱਤਾ ਸੀਗਾ, ਲੈਂਥ ਜ਼ਿਆਦਾ ਸੀ, ਉਹਨੂੰ ਕੱਟ ਕਰਵਾਉਣਾ ਸੀ, ਉਹ ਮੈਨੂੰ ਹੁਣੇ ਮਿਲ ਜੂਗਾ। ਫਿਰ ਆਪਾਂ ਚੱਲਦੇ ਹਾਂਗੇ ਘਰ, ਥੋੜ੍ਹਾ ਟਾਈਮ ਹਲੇ ਮੈਂ ਖਾਣਾ ਵੀ ਖਾਣਾ ਆ, ਫਿਰ ਦੇਖਦੇ ਹਾਂਗੇ। ਹਲੇ ਤਾਂ ਧੁੱਪ ਬਹੁਤ ਜ਼ਿਆਦਾ ਹੈ ਨਾ, ਗੱਡੀ ਦੇ ਵਿੱਚ ਬਹੁਤ ਧੁੱਪ ਲੱਗਦੀ ਹੈ, ਥੋੜ੍ਹਾ ਸ਼ਾਮ ਜਿਹੇ ਨੂੰ ਜਾਵਾਂਗੇ ਮੁਕਤਸਰ ਸਾਹਿਬ। ਹਾਂਜੀ, ਅਤੇ ਆਪਾਂ ਚੱਲ ਪਏ ਹਾਂਗੇ ਘਰੋਂ ਸ਼੍ਰੀ ਮੁਕਤਸਰ ਸਾਹਿਬ ਨੂੰ, ਉੱਥੇ ਅਸੀਂ ਦੋ ਗੁਰਦੁਆਰਾ ਸਾਹਿਬ ਜਾਣਾ ਗਾ ਅਤੇ ਨਾਲ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾ ਲਾਂਗੇ। ਅਤੇ ਆਫਤਾਬ ਵੱਲ ਵੀ ਆਪਾਂ ਆਫਤਾਬ ਨੂੰ ਲੈ ਕੇ ਗਏ ਹਾਂ ਪਹਿਲਾਂ, ਮੁਕਤਸਰ ਸਾਹਿਬ ਤਾਂ ਨਹੀਂ ਗਏ ਹੈ ਨਾ? ਨਹੀਂ, ਆਫਤਾਬ ਫਸਟ ਟਾਈਮ ਚੱਲਿਆ ਇਹ ਵਾਲੇ ਗੁਰਦੁਆਰਾ ਸਾਹਿਬ। ਬਈ ਥਰਮਲ ਬਠਿੰਡੇ ਦੀ ਆਣ ਬਾਣ ਸ਼ਾਨ ਜੋ ਕਿ ਐਕਸਪਾਇਰ ਹੋ, ਹਾਂ ਬਠਿੰਡੇ ਦੀ ਆਣ ਬਾਣ ਸ਼ਾਨ ਥਰਮਲ ਜੋ ਕਿ ਐਕਸਪਾਇਰ ਹੋ ਚੁੱਕੇ ਆ। ਜੇ ਕੋਈ ਮੇਰੀ ਮੰਨੇ ਤਾਂ ਮੈਂ ਇਹ ਸਲਾਹ ਦੇਣਾ ਚਾਹੂੰਗੀ ਵੀ ਇਹਨੂੰ ਨਾ ਐਜ਼ ਅ ਟੂਰਿਸਟ ਪਲੇਸ ਦੇ ਵਿੱਚ ਆਪਾਂ ਨੂੰ ਕਨਵਰਟ ਕਰ ਦੇਣਾ ਚਾਹੀਦਾ। ਐਂ ਤਾਂ ਇੱਟਾਂ ਹੀ ਖੜੀਆਂ ਹਨਾ, ਪਰਲੇ ਪਾਸੇ ਉਹਦਾ ਸਾਰਾ ਸਿਸਟਮ ਜਿਹਾ ਇਹਨਾਂ ਨੇ ਚੱਕਤਾ, ਕੁਛ ਕੁ ਟਾਈਮ ਪਹਿਲਾਂ ਲਵੀ ਐਵੇਂ ਕਹਿੰਦੇ ਸੀਗੇ ਇੱਥੇ ਕਲੋਨੀ ਕੱਟਣੀ ਆ ਨਾ, ਕਲੋਨੀ ਕੱਟਣੀ ਆ, ਕਲੋਨੀ ਪਤਾ ਨਹੀਂ ਕੀ ਬਣਦਾ ਰਿਹਾ, ਕਲੋਨੀ ਦਾ ਕੱਟਣਗੇ ਕਿ ਨਹੀਂ। ਹਾਂ ਆ ਦੇ ਤੇ 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 ਆ ਨਾ, ਆ ਤਾਂ ਖੜਾ ਲਵੀ ਇਹਨਾਂ ਨੇ ਕੀਤਾ ਕੀ ਆਵੇ, ਆ ਸਾਰਾ ਖੜਾ ਵਾ ਆਵੇ। ਅੱਛਾ, ਇਹ ਬਿਜਲੀ ਬੰਦੀ ਸੀ ਨਾ ਇੱਥੇ, ਜਿਹੜੀ ਬਿਜਲੀ ਇਕੱਠੀ ਹੁੰਦੀ ਸੀ ਉਹ ਆ ਜੀ ਬੰਦੀ ਦਾ ਸੀ। ਫਿਰ ਮੈਨੂੰ ਤਾਂ ਸੀ ਕਿਤੇ ਇਹਨਾਂ ਨੇ ਆਹ ਸਾਫ ਕੀਤਾ, ਇਹਦਾ ਖੜਾ ਤੇ ਫਿਰ ਸਾਫ ਕੀ ਕੀਤਾ ਇਹਨਾਂ ਨੇ, ਪਰਲੇ ਪਾਸੇ ਨਾ ਉਤਾਰਤਾ ਨਾ ਉਧਰਲੇ ਪਾਸੋਂ, ਆ ਇਧਰੋਂ ਬਹੁਤ ਹੱਦ ਤੱਕ ਤਾਰਿਆ ਹੋਇਆ, ਪਿੰਡ ਤੋਂ ਵੀ ਇਹਦਾ ਮੈਨੂੰ ਸੀਗਾ ਨਾ, ਤਾਰੀ ਜਾਂਦੀ ਆ ਹੌਲੀ ਹੌਲੀ। ਚਲੋ ਇਧਰ ਮਿਸਟਰ ਲਵਦੀਪ ਸਿੰਘ, ਸਤਿ ਸ਼੍ਰੀ ਅਕਾਲ ਜੀ, ਪਿੱਛੇ ਮਾਤਾ ਤੇ ਅਫਤਾਬ ਸਿੰਘ ਬਰਾੜ, ਤੀਜੀ ਨਾਲ ਗੱਲ ਕਰਦੇ ਹਾਂ, ਤੇ ਅਫਤਾਬ ਸਿੰਘ ਬਰਾੜ
ਅਫਤਾਬ ਚਾ ਆਪਦਾ ਨਾਮ ਸੋਨੀਆ ਨੂੰ ਉਹਦੀ ਕੰਨ ਖੜੇ ਕਰ ਲਈ। ਚਲੋ ਬਈ ਮਿਲਦੇ ਆਂਗੇ ਆਪਾਂ ਅੱਗੇ ਜਾ ਕੇ, ਤੇ ਲਵੀ ਇੱਕ ਕੰਮ ਹੋਰ ਆ ਕਿ ਅੱਜ ਆਪਾਂ ਰਸਤੇ ਦੇ ਵਿੱਚ ਕਿਤੇ ਵੀ ਨਹੀਂ ਰੁਕਾਂਗੇ, ਸਿੱਧਾ ਜਾ ਕੇ ਜਹਾਜ਼ ਆਪਣਾ ਮੁਕਤਸਰ ਹੀ ਲੈਂਡ ਹੋਊਗਾ। ਓਕੇ ਜੀ ਓਕੇ। ਲੋ ਬਈ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ, ਗੁਰਦੁਆਰਾ ਭਾਈ ਮਸਤਾਨ ਸਾਹਿਬ ਜੀ, ਤੇ ਇੱਧਰ ਅਫਤਾਬ ਬੈਠਾ ਗਗਨ, ਤੇ ਇੱਥੇ ਮੱਥਾ ਟੇਕਣਾ ਸੀ ਆਪਾਂ ਵੀ, ਅਫਤਾਬ ਦੀ ਸੁੱਖ ਦਿੰਦੀ ਸੀ ਦੇਣ ਵਾਲੀ, ਅਤੇ ਇੱਥੇ ਜੱਗ ਚੜ੍ਹਦੇ ਆ ਬਈ, ਜੱਗ ਚੜ੍ਹਾਉਣ ਆਏ ਸੀਗੇ ਆਪਾਂ, ਅਤੇ ਹਾਂ ਜੱਗ ਅਤੇ ਬਸ ਕਿਸਮ ਦਿਖਾਉਂਦੇ ਹਾਂ ਬਾਹਰ ਜਾ ਕੇ ਕਿਵੇਂ ਦਾ ਸਾਰਾ, ਮਤਲਬ ਕਿ ਦੇਖੋ ਕਿੰਨੀ ਪੁਰਾਣੀ ਇਮਾਰਤ ਆ ਬਈ, ਉੱਪਰ ਸਾਰਾ ਹਜੇ ਤੱਕ ਰੋਸ਼ਨਦਾਨ ਵਗੈਰਾ ਵੀ ਮਤਲਬ ਕਿ ਉਹ ਪੁਰਾਣੇ ਟਾਈਪ ਦੇ ਲੱਗੇ ਹੋਏ ਆ, ਕਲਰਫੁੱਲ ਨਹੀਂ ਹੁੰਦੇ ਸੀਗੇ ਸਾਰਾ। ਅੱਛਾ ਹੁਣ ਅਤੇ ਅਫਤਾਬ ਦੇਖ ਲਓ ਮੱਥਾ ਟੇਕਦਾ, ਟੇਕ ਲਓ ਮੱਥਾ, ਟੇਕੋ ਮੱਥਾ, ਮਰਜ਼ੀ ਵਾਲਾ ਬਾਈ। ਇਮਾਰਤ ਤੁਹਾਨੂੰ ਦਿਖਾਈ ਤੇ ਵੀ ਇਹਦੀ ਬਹੁਤ ਪੁਰਾਣੀ ਇਮਾਰਤ ਆ, ਉਹ ਪਲੇਸ ਪਾਸੇ ਬਣਿਆ ਹੋਇਆ ਬਿਲਡਿੰਗ ਹੈ ਜੋ, ਅਤੇ ਆਹ ਦੇਖ ਲਓ ਅਗਰ ਤਿਹਾਸ ਰੋਕ ਕਰ ਲਿਓ। ਆਹ ਤਾਂ ਮੰਮੀ ਉਦੋਂ ਦੀ ਹੋਈ ਆ ਹੈ ਨਾ ਬਿਲਡਿੰਗ, ਐਵੇਂ ਉਵੇਂ ਆਲੇ ਵਗੈਰਾ ਬਣੇ ਹੋਏ ਆ। ਕੰਧਾਂ ਦੀ ਮੋਟਾਈ ਵੇਖਣੀ ਆ ਇਹ, ਹੋਰ ਵੀ ਇੱਕ ਦੋ ਅਤੇ ਤਿੰਨ ਤਿੰਨ ਪੌਣੇ ਤਿੰਨ ਗਿੱਠਾ। ਹਾਂ ਅੱਛਾ, ਕਿਸੇ ਨਹੀਂ ਖਾ ਗਿਆ ਇੱਥੇ, ਬੰਦ ਕਰਤੇ ਇੱਥੇ ਐਵੇਂ ਬਾਰੀਆਂ ਵਗੈਰਾ ਹੋਣਗੀਆਂ। ਆਹ ਲਵੀ ਆਹ ਦੇਖ ਓਏ, ਆਉਣੀ ਸਵਿਚਸ। ਹਾਂ ਹਾਂ, ਅਫਤਾਬ ਤਾਂ ਸੁੱਚਾ ਵੀ ਹੁੰਦੀਆਂ ਸੀ ਦੇਖ, ਵਿਸਟ ਵਿੱਚ ਵਿੱਚ ਰੈਵੋਲੂਸ਼ਨ। ਕੰਧਾਂ ਵਾਕੇ ਦੇਖਣੀਆਂ ਵੀ, ਦੇਖੋ ਐਡੀਆਂ ਮੋਟੀਆਂ ਮੋਟੀਆਂ ਕੰਧਾਂ। ਆਹ ਤਾਂ ਇਹਨਾਂ ਨੇ ਨਵਾਂ ਬਣਾਤਾ ਕੁਛ, ਅਫਤਾਬ ਨੂੰ ਪ੍ਰਸ਼ਾਦ ਮਿਲਿਆ। ਆਹ ਦੇਖੋ ਬਈ ਦਰਵਾਜ਼ਾ ਵੀ ਇਹਨਾਂ ਨੇ ਪੁਰਾਣੇ ਟਾਈਪ ਦਾ ਲਾਇਆ ਲੱਭ ਕੇ, ਹਾਂ ਵੱਡਾ ਦਰਵਾਜ਼ਾ ਲਾਇਆ। ਇੱਧਰ ਆਹ ਬਣਾਈ ਜਾਂਦੇ ਆ ਮਿਸਤਰੀ ਲੱਗੇ ਹੋਏ ਆ, ਟੇਬਲ ਵਗੈਰਾ ਬਣਾ ਰਹੇ, ਟੇਬਲ ਵਗੈਰਾ ਵੀ ਮੈਨੂੰ ਟੇਬਲ ਬਹੁਤ ਸੋਹਣੇ ਲੱਗੇ, ਬਣ ਰਿਹਾ ਇੱਥੇ ਥੋੜ੍ਹਾ ਥੋੜ੍ਹਾ। ਇੱਧਰ ਆਪਾਂ ਮੱਥਾ ਟੇਕ ਕੇ ਗਏ ਹਾਂ, ਹੁਣ ਆਪਾਂ ਚੱਲਦੇ ਹਾਂ ਨੀਚੇ। ਆਹ ਤਾਂ ਇਹਨਾਂ ਨਵੀਂ ਬਣਾਤੀਆਂ ਪੌੜੀਆਂ ਪੌੜੀਆਂ, ਇੱਥੇ ਵਾਸ਼ਵੇਸ਼ਨ ਕਿੰਨੇ ਪੁਰਾਣੇ ਬਣੇ ਹੋਏ ਵੀ ਪਤਾ ਨਹੀਂ ਕਿੰਨੇ ਟਾਈਮ ਦੀ ਹੈਗੀ, ਅਤੇ ਹੁਣ ਆਪਾਂ ਸਰੋਵਰ ਵੱਲ ਮੱਥਾ ਟੇਕ ਕੇ ਚੱਲਦੇ ਹਾਂਗੇ ਵਾਪਸ। ਆਈ ਥਿੰਕ ਵੀ ਆਏ ਸੇਵਾ ਕਰਦੇ ਇੱਥੇ ਲੰਗਰ ਪਾਣੀ ਦੇ। ਅਰੇ ਅਫਤਾਬ ਇਹਨੇ ਹੁਣ ਬੈਲੂਨਸ ਦਿੱਤੇ, ਅਤੇ ਅਫਤਾਬ ਜਾਣ ਦਾ ਨਾਮ ਨਹੀਂ ਲੈ ਰਿਹਾ ਇੱਥੋਂ ਹੁਣ। ਅਫਤਾਬ ਚਲੀਏ, ਹੌਲੀ ਤੁਰਿਆ ਕਰ, ਇੱਥੇ ਚੱਕ ਲਓ ਕਹਿੰਦਾ ਬੈਲੂਨ ਲੈ, ਬੈਲੂਨ ਲੈਣਾ ਗੁਬਾਰਾ। ਚਲੋ ਚਲੀਏ ਆਪਾਂ, ਦੀਦੀ ਨੂੰ ਬਾਏ ਕਰ ਦਿਓ, ਦੀਦੀ ਨੂੰ ਬਾਏ ਬਾਏ ਦੀਦੀ ਨੂੰ ਦੇ ਦਿਓ ਗੁਬਾਰਾ।
लो भाई आप पहुँच गए मेन गुरुद्वारा साहब तो दरबार साहब इधर दी आए गेट नंबर 4 फेज की क्यों मम्मी भाई उत्थे बैठ के गड्डी च मम्मी तो तुरै नहीं आता इन्नी वाट है ना औखा हो जाता है सू पता कि काफ़ी कुछ तुरना पैदा है मम्मी तुरै नहीं आता करके मम्मी फिर कहें मैं कार च ही बहनी हाँ तो भी तुम मत्था टेको तो हम असि चले तो नहीं मत्था टेकन तो चलो भी हम कराने दर्शन जाके पहला देखो इधरों एंटर करो दर्शन वाहे आ गए आप गुरुद्वारा साहब टुटी गंढी साहब इतों देखो तुम भी ਆਸੀਂ ਨਾ ਆਉਂਦੇ ਹੋਏ ਦੀਦੀ ਕੋਲੇ ਆ ਗਏ ਸੀਗੇ ਚਾਹ ਪਾਣੀ ਪੀ ਕੇ ਤੇ ਹੁਣ ਅਸੀਂ ਵਾਪਸ ਵੀ ਚੱਲੇ ਆ ਅਫਤਾਬ ਅਸੀਂ ਸਬਜ਼ੀਆਂ ਵੀ ਤੋੜਨੇ ਆ ਭਾਈ ਦੀਦੀ ਕੋਲ ਆ ਕੇ ਹਨਾ ਨਹੀਂ ਨਹੀਂ ਹਾਂ ਨਹੀਂ ਚਲੋ ਗੱਡੀ ਕਿੱਥੇ ਅਫਤਾਬ ਨੂੰ ਤੋੜਨ ਦਾ ਚਾਹ ਚੜਿਆ ਰਹਿੰਦਾ ਹੁਣ ਸਵੇਰ ਐ ਲੜਿਆ ਸੀਗਾ ਉਹ ਮੰਮੀ ਇਹ ਸਾਡੇ ਨਾਲ ਕਹਿੰਦਾ ਸੀ ਮੈਨੂੰ ਐ ਤੋਰੋ ਵੀ ਮੈਂ ਵਾਕਰ ਚ ਨਹੀਂ ਬਹਿਣਾ चप्पल चप्पल आ रही है अफताब दी मेरे कोले हुण रहूगा लै रहन दो मिट्टी ते मेरे कपड़े गंदे करूगा लो भाई असी चल पे आज दी वीडियो किवें लगी थोनू ते अपना चैनल सब्सक्राइब कर लियो लाइक शेयर कमेंट करके सब दस्यो किवें लगी वीडियो ते मिलते हैं जी और एक नवी वीडियो दे विच ठीक है जी ते तद तक वेट एंड वॉच।